ਸਿੱਖੀ ਦੇ ਵਿੱਚ ਖੁਦਾ ਦਾ ਰੱਬ ਦਾ ਤਸੱਵਰ ਕੀ ਹੈ? What is the concept of God in Sikhism? ਗੁਰਬਾਣੀ ਤਾਂ ਕਹਿੰਦੀ ਹੈ ਇੱਕ ਗੱਲ ਸਮਝ ਕਿ ਸੰਸਾਰ ਉਹਦੀ ਖੇਡ ਹੈ। ਜਿਸ ਦਿਨ ਤੂੰ ਉਹਦੀ ਖੇਡ ਮੰਨ ਲਏਗਾ ਉਸ ਦਿਨ ਸੰਸਾਰ ਦੇ ਦੁੱਖ ਸੁੱਖ ਤੋਂ ਨਿਆਰਾ ਹੋ ਜਾਏਗਾ। ਤਾਂ ਮੈਂ ਹੈਰਾਨ ਹਾਂ ਜਿਹੜੇ ਇੱਥੇ ਖੜੇ ਨਾ ਉਹ ਗੁਰਬਾਣੀ ਨੂੰ ਵੀ ਨਹੀਂ ਮੰਨਦੇ। ਦੁੱਖ ਤਾਂ ਇਸ ਗੱਲ ਦਾ ਗੁਰਬਾਣੀ ਨੂੰ ਸਮਝਣ ਦੀ ਪਤਾ ਨਹੀਂ ਕੀ ਕਾਰਨ ਹੈ। ਉਹ ਇੱਕ ਐਸਾ ਮਾਹੌਲ ਪੈਦਾ ਕਰਕੇ ਦੇਣਾ ਚਾਹੁੰਦੇ ਨੇ ਸਮਾਜ ਨੂੰ ਵੀ ਨਾ ਤੁਹਾਡਾ ਕੋਈ ਗੁਰੂ ਹੈ ਜੀ, ਗਿਆਨ ਗੁਰੂ ਹੈ ਜੀ, ਹੈ ਤਾਂ ਤੁਸੀਂ ਗੁਰੂ ਕਿਹਨੂੰ ਕਹਿੰਦੇ ਹੋ? ਇਹਦਾ ਮਤਲਬ ਕੰਮਾਂ ਨੂੰ, ਸਰੀਰ ਨੂੰ ਨਹੀਂ। ਫਿਰ ਗੁਰੂ ਉਹਨੂੰ ਪਹਿਲਾਂ ਫਿਰ ਉਹਨੂੰ ਕਿਵੇਂ ਕਹਿੰਦੇ ਹੋਗੇ ਵੀ ਗੁਰੂ ਆਮ ਇਨਸਾਨ ਸੀ? ਗੁਰੂ ਤਾਂ ਹੋਇਆ ਹੀ ਨਾ ਉਸ ਤੋਂ ਪਹਿਲਾਂ। ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਜਿੰਨਾ ਆਕਾਰ ਹੈ ਦਿਸਦਾ ਹੈ ਸਭ ਕੁਦਰਤ ਹੈ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਅਭਿਮਾਨ, ਕੁਦਰਤ ਪੌਣ ਪਾਣੀ ਬਸੰਤਰ, ਸਾਰਾ ਕੁਝ ਕੁਦਰਤ ਹੈ। ਕੁਦਰਤ ਧਰਤੀ ਖਾਕ, ਅੱਗੇ ਕਹਿੰਦੇ ਨੇ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਹੇ ਮਾਲਿਕ ਇਹ ਸਾਰੀ ਕੁਦਰਤ ਤੇਰੀ ਹੈ। ਇਹਦਾ ਮਤਲਬ ਕਰਤਾ ਵੱਖਰਾ, ਕਿਹਨੂੰ ਕਹਿ ਰਹੇ ਨੇ ਸਭ ਤੇਰੀ? ਬ੍ਰਹਮਣ ਦਾ ਇਹੋ ਹੀ ਮੈਸੇਜ ਸੀ ਕਿ ਰੱਬ ਦਿਸਦਾ, ਜਿਵੇਂ ਅੱਜ ਹੁੰਦਾ ਵੀ ਦਿਸਣ ਵਾਲਾ ਰੱਬ ਹੈ, ਕੁਦਰਤੀ ਰੱਬ ਹੈ। ਇੱਕ ਪਾਸੇ ਹੈ ਮੇਘੇ ਨੂੰ ਫੁਰਮਾਨ ਹੋਇਆ ਬਰਸੋ ਕਿਰਪਾ ਧਾਰ, ਇਹ ਬਾਰਿਸ਼ ਨੂੰ ਬੱਦਲਾਂ ਨੂੰ ਮੇਘ ਆਖਿਆ। ਹੁਣ ਇੱਕ ਪਾਸੇ ਮੇਘ ਉਹਦਾ ਨਾਂ ਹੈ, ਬ੍ਰਾਹਮਣ ਨੇ ਉਸਦਾ ਨਾਂ ਇੰਦਰ ਦੇਵਤਾ ਬਣਾ ਦਿੱਤਾ। ਹਰ ਇੱਕ ਕੁਦਰਤ ਦੀ ਚੀਜ਼ ਨੂੰ ਇੱਕ ਰੂਪ ਮਾਣ ਤਸਵਰ ਵਿੱਚ ਲਿਆਂਦਾ। ਕਿਉਂ ਲਿਆਂਦਾ? ਮਸਲਾ ਤਾਂ ਹੈ, ਬਲਕਿ ਰਾਈਟਰ ਲਿਖਦਾ, ਈਵਨ ਤੁਸੀਂ ਪੜ੍ਹੋ ਨਾ ਕਿਤਾਬ ਹੁੰਦੀ ਆਪਣੇ ਦੀ ਅੰਬੇਦਕਰ, ਉਹਨੇ ਇੱਕ ਕਿਤਾਬ ਲਿਖੀ, ਉਹਦੇ ਵਿੱਚ ਵੀ ਉਹਨੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਹੋਇਆ ਕਿ ਬ੍ਰਾਹਮਣ ਨੇ, ਕਿਉਂਕਿ ਉਹ ਗੁਰੂ ਬਣਿਆ ਬੈਠਾ ਸੀ, ਧਾਰਮਿਕ ਆਗੂ ਸੀ, ਭਗਵਾਨ ਦਾ ਸਮਝੋ ਇੱਕ ਤਰ੍ਹਾਂ ਦਾ ਮੀਡੀਏਟਰ ਸੀ, ਏਜੰਟ। ਉਹਨੇ ਸੋਚਿਆ ਵੀ ਜੇ ਮੈਂ ਕੋਈ ਗਲਤ ਕੰਮ ਕਰਨਾ, ਅਸਲ ਮੇਰਾ ਦਿਲ ਕਰਦਾ ਸ਼ਰਾਬ ਪੀਣ, ਅਤੇ ਮੈਂ ਪੀਣਾ ਤਾਂ ਲੋਕ ਤਾਂ ਆਖਣਗੇ ਵੀ ਇਹ ਬ੍ਰਾਹਮਣ ਦੇਵਤਾ ਸ਼ਰਾਬ ਪੀਂਦਾ, ਵੀ ਕੁਦਰਤ ਦਿਸਣ ਵਾਲਾ ਉਹ ਹੀ ਰੱਬ ਹੈ। ਬ੍ਰਾਹਮਣ ਨੇ ਆਖਿਆ ਭਗਵਾਨ ਹੁੰਦਾ ਹੀ ਸਰੀਰ ਵਾਲਾ ਹੈ। ਜੇ ਮੂਰਤੀ ਤਾਂ ਹੋਏਗੀ ਤਾਂ ਹੀ ਪਹਿਲਾਂ ਉਹਨੂੰ ਸਰੀਰ ਤਸਵਰ ਕਰੇਗਾ ਤਾਂ ਹੀ ਬਣੇਗੀ, ਐਵੇਂ ਤਾਂ ਮੂਰਤੀ ਬਣ ਹੀ ਨਹੀਂ ਸਕਦੀ। ਉਹਨੇ ਮੂਰਤੀਆਂ ਬਣਾ ਕੇ ਤਸਵਰ ਕਰਤਾ ਵੀ ਸਰੀਰ ਹੈ। ਉਹ ਕੀ ਕੀਤਾ? ਜਿਹੜੇ ਜਿਹੜੇ ਗੁਣਾਂ ਉਹ ਆਪ ਕਰਨਾ ਚਾਹੁੰਦਾ ਸੀ, ਅਤੇ ਉਹਨੇ ਸੋਚਿਆ ਵੀ ਜੇ ਉਹ ਭਗਵਾਨ ਦੇ ਨਾਮ ਥੱਲੇ ਹੋ ਜਾਣ ਪਹਿਲਾਂ ਮੈਨੂੰ ਜਸਟੀਫਿਕੇਸ਼ਨ ਮਿਲ ਜਾਏ। ਕਹਿੰਦੇ ਗੁਰੂ ਨਾਨਕ ਦੇ ਅੱਗੇ ਗੁਰੂ ਲਾਣਾ ਇਹ ਗਲਤ ਹੈ। ਗੁਰੂ ਨਾਨਕ ਗੁਰੂ ਨਹੀਂ ਹੈ, ਗਿਆਨ ਗੁਰੂ ਹੈ। ਉਹ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਣਗੇ, ਨਾਨਕ ਕਹਿਣਗੇ, ਗੁਰੂ ਨਾਨਕ ਦੇ ਅੱਗੇ ਗੁਰੂ ਲਾਣ ਨੂੰ ਵੀ ਉਹਨਾਂ ਨੂੰ ਸ਼ਰਮ ਆਉਂਦੀ ਹੈ। ਦੋ ਲਫ਼ਜ਼ ਨੇ, ਵਿਗਿਆਨ ਅਤੇ ਬ੍ਰਹਮ ਗਿਆਨ। ਹਾਥੀ ਚੋ ਹਾਥੀ ਤਾਂ ਚੂਹੇ ਦੀ ਸ਼ਕਲ ਬਿਲਕੁਲ ਮਿਲਦੀ ਹੈ ਸਿਰ ਦੀ, ਪਰ ਹਾਥੀ ਵਿੱਚੋਂ ਕਦੇ ਚੂਹਾ ਨਹੀਂ ਪੈਦਾ ਹੋਇਆ। ਸਿੱਖ ਪ੍ਰਚਾਰਕ ਹੈਗੇ ਨੇ, ਉਹਨਾਂ ਨੇ ਬੜੀ ਕੰਟਰੋਵਰਸ਼ਲ ਜੀ ਗੱਲ ਕਹੀ, ਜਿਵੇਂ ਤੁਸੀਂ ਅਜੇ ਗੁਰਬਾਣੀ ਦੀ ਤੁੱਕ ਕੋਟ ਕੀਤੀ ਕਿ ਜੈਸੇ ਮੈਂ ਆਵਾ ਖਸਮ ਕੀ ਬਾਣੀ ਤੈਸਾ ਵੈ ਕਰੀ ਗਿਆਨ ਵੇ ਲਾ ਲਓ। ਉਹਨਾਂ ਨੇ ਖਸਮ ਦੇ ਅਰਥ ਇਹ ਕਰਤੇ ਕਿ ਗੁਰੂ ਨਾਨਕ ਸਾਹਿਬ ਉਹਦੇ ਵਿੱਚ ਰੱਬ ਨੂੰ ਸੰਬੋਧਿਤ ਨਹੀਂ ਕਰ ਰਹੇ, ਬਾਬਰ ਨੂੰ ਸੰਬੋਧਿਤ ਕਰ ਰਹੇ ਨੇ। ਤੇ ਉਹਨਾਂ ਨੇ ਕਿਹਾ ਖਸਮ ਅਰਬੀ ਜ਼ੁਬਾਨ ਦਾ ਸ਼ਬਦ ਹੈ ਤੇ ਖਸਮ ਦਾ ਮਾਨੇ ਹੁੰਦਾ ਬਲਤਕਾਰੀ। ਸਿੱਖ ਕਮਿਊਨਿਟੀ ਵਿੱਚ, ਸਿੱਖ ਅਦਾਰਿਆਂ ਵਿੱਚ, ਸਿੱਖ ਖੇਤਰ ਵਿੱਚ ਗੱਲ ਕਰਨ ਤੋਂ ਪਹਿਲਾਂ ਗੁਰਬਾਣੀ ਜ਼ਰੂਰ ਪੜ੍ਹ ਲਿਆ ਕਰ, ਅਤੇ ਮੈਨੂੰ ਇੱਕ ਸ਼ਬਦ ਵੀ ਐਸਾ ਲਿਆ ਦੇਵੇ ਜਿਹਦੇ ਵਿੱਚ ਅਰਥ ਇਹ ਹੋਣ ਕਿ ਖਸਮ ਜਿਹੜਾ ਬਲਾਤਕਾਰੀ ਹੁੰਦਾ ਹੈ। ਪਰ ਉਹ ਮਿਸ਼ਨਰੀ ਸੋਚਦੇ ਹੀ ਨੇ, ਤੁਹਾਡੇ ਨਾਲ ਉੱਠਦੇ ਬੈਠਦੇ ਵੀ ਰਹੇ ਨੇ ਸ਼ਾਇਦ। ਖਸਮ ਦਾ ਅਰਥ ਹੈ ਮਾਲਿਕ। ਆਪਣੀ ਵੀਡੀਓ 'ਚ ਕਈ ਇੰਦਰ ਸਿੰਘ ਕੱਗਾ ਉਹਨਾਂ ਨੇ ਕਿ ਜਦੋਂ ਤੁਸੀਂ ਅਕਾਲ ਤਖਤ ਦੀ ਸੇਵਾ 'ਚ ਸੀਗੇ ਅਤੇ ਬਾਦਲ ਦੇ ਟੋਲਾ ਰਾਹੀਂ ਤੁਸੀਂ ਵੀ ਅਕਾਲ ਤਖਤ ਨੂੰ ਮਿਸਯੂਜ਼ ਕੀਤਾ, ਪਾਵਰ ਨੂੰ ਅਤੇ ਸੁਰਜੀਤ ਬਰਨਾਲਾ ਨੂੰ ਤਲਬ ਕੀਤਾ। ਇੱਕ ਦਾ ਵੀ ਸਬੂਤ ਲਿਆ
ਜਿਹੜੇ ਲੋਕੀ ਵੀ ਹੈਗੇ ਨੇ ਚਾਹੇ ਜਿਹੜੇ ਵੀ ਜਮਾਤ ਦੇ ਨੇ ਉਹ ਉਹ ਵਰਤਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨੇ ਆਪਣੀ ਗੱਲ ਨੂੰ ਸਿੱਧ ਕਰਨ ਵਾਸਤੇ ਇਹਦੀ ਮੋਡਸ ਓਪਰੈਂਡੀ ਪ੍ਰੋਟੋਕੋਲ ਕੀ ਹੋਣੀ ਚਾਹੀਦੀ ਹੈ ਸਿੱਖ ਦਾ ਜੀਵਨ ਹੈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਏ ਉਹ ਜਿਹੜੇ ਬੱਚੇ ਇਸ ਵਿਚਾਰਧਾਰਾ ਨੂੰ ਅਡਾਪਟ ਕਰ ਰਹੇ ਨੇ ਉਹ ਉੱਪਰ ਕੇਸ ਕਟਾ ਕੇ ਕਹਿੰਦੇ ਲੈ ਪੁਜਾਰੀ ਰੱਖ ਆਪਣੀ ਦਾੜੀ ਸਾਨੂੰ ਨਹੀਂ ਕਰਨੀ ਦਾੜੀ ਯੂਥ ਮਿਸਲੀਡ ਹੈ ਕਿ ਉਹਨਾਂ ਨੂੰ ਵੀ ਇਹ ਰੱਬ ਦੇ ਕਨਸੈਪਟ ਦਾ ਕਲੀਅਰ ਨਹੀਂ ਹੈ ਇਹਦਾ ਮਤਲਬ ਮੈਂ ਇਹ ਕਹਿ ਇਸ ਵਿੱਚ ਕਹਿ ਰਿਹਾ ਉਹਨਾਂ ਨੂੰ ਵੀ ਪਤਾ ਹੈ ਸਿਰਫ ਉਹਨੂੰ ਇਹ ਨਹੀਂ ਬੇਨਤੀ ਹੈ ਵੀ ਦੁਬਦਾ ਚ ਨਿਕਲੋ